ਨਿੰਬੂ ਨੂੰ ਜਾਂ ਕਿੰਨੂ ਨੂੰ ਫਲ ਲੱਗਦਾ ਹੈ, ਝੜ ਜਾਂਦਾ, ਲੱਗਦਾ ਝੜ ਜਾਂਦਾ, ਇਹਦਾ ਕੀ ਕਾਰਨ ਕਰਨਾ? ਫਲ ਨਹੀਂ ਆਪਾਂ ਕਹਿ ਸਕਦੇ, ਫੁੱਲ ਬਹੁਤ ਲੱਗਦੇ ਨੇ, ਫੁੱਲ ਝੜ ਜਾਂਦੇ ਨੇ, ਫਿਰ ਲੱਗਦੇ ਨੇ, ਫਿਰ ਝੜ ਜਾਂਦੇ ਨੇ। ਵੈਸੇ ਮੈਂ ਇੱਕ ਡਿਟੇਲ 'ਚ ਵੀਡੀਓ ਪਹਿਲਾਂ ਬਣਾਈ ਸੀ ਕਿ ਕੀ ਕੀਤਾ ਜਾ ਸਕਦਾ ਹੈ ਜੀ ਜਦੋਂ ਫਲ ਤੁਹਾਡਾ ਨਾ ਆਉਂਦਾ ਹੋਵੇ ਜਾਂ ਫਲ ਝੜਦਾ ਹੋਵੇ। ਤਾਂ ਇਹ ਮੈਂ ਇੱਕ ਸ਼ੋਰਟ ਵੀਡੀਓ ਦੱਸ ਰਿਹਾ ਕਿਉਂਕਿ ਇੱਥੇ ਤੁਸੀਂ ਦੇਖੋ ਕਿ ਫਲ ਲੱਗਾ ਹੋਇਆ, ਇਹ ਤੁਸੀਂ ਦੇਖੋ ਛੋਟਾ ਛੋਟਾ ਨਿੰਬੂ ਦਾ ਫਲ ਲੱਗਾ ਹੋਇਆ, ਪਰ ਇਹ ਪੀਲਾ ਪੈਣਾ ਸ਼ੁਰੂ ਹੋ ਗਿਆ ਜੀ। ਤੁਸੀਂ ਦੇਖੋ ਧਿਆਨ, ਕਿਉਂਕਿ ਹਵਾ ਬਹੁਤ ਚੱਲ ਰਹੀ ਹੈ, ਹੋ ਸਕਦਾ ਕਲੀਅਰ ਪੂਰਾ ਨਾ। ਇਹ ਪੀਲਾ ਪੈਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਇਹਨੇ ਡਿੱਗ ਪੈਣਾ ਹੈ। ਅਤੇ ਨਿੰਬੂ ਜਾਤੀ ਨੂੰ ਖਾਸ ਕਰਕੇ, ਕਿਉਂਕਿ ਜਦੋਂ ਮੈਂ ਬੂਟਾ ਲਾਇਆ ਸੀ ਮੈਨੂੰ ਇਹਦੇ ਬਾਰੇ, ਮੈਂ ਪੂਰਾ ਇਹਦੇ ਬਾਰੇ ਪੜ੍ਹਿਆ ਨਹੀਂ ਸੀ ਅਤੇ ਮੈਂ ਗਲਤ ਥਾਂ 'ਤੇ ਬੂਟਾ ਲਗਾ ਬੈਠਾ ਜੀ। ਤੁਸੀਂ ਹੁਣ ਇੱਧਰ ਦੇਖੋਗੇ ਕਿ ਉਹ ਪਾਣੀ ਵਾਲਾ ਨੱਕਾ ਹੈ ਜੀ, ਇੱਧਰ ਸਾਡਾ ਪਾਣੀ ਇਸ ਆੜ ਦੇ ਥਾਣੀ, ਖਾਲ ਦੇ ਥਾਣੀ ਨਿਕਲਦਾ। ਕਿਉਂਕਿ ਮੈਂ ਜਦੋਂ ਇਹ ਬੂਟਾ ਲਾਇਆ ਸੀ, ਇਹ ਬੂਟਾ ਵੱਡਾ ਸੀ ਜੀ, ਇਹਨੂੰ ਮੈਂ ਕੱਟ ਕੇ ਛੋਟਾ ਮੇਨਟੇਨ ਕੀਤਾ ਹੋਇਆ, ਇਹ 4-5 ਸਾਲ ਦਾ ਬੂਟਾ ਆ। ਮੈਂ ਇਹਨੂੰ ਛੋਟੇ ਕੱਦ ਦਾ ਰੱਖਦਾ, ਨਹੀਂ ਤਾਂ ਕੰਬਾਈਨ ਵਗੈਰਾ 'ਚ ਇਹ ਅੜ ਕੇ ਥੋੜ੍ਹੀ ਸਮੱਸਿਆ ਕ੍ਰੀਏਟ ਕਰਦਾ। ਤਾਂ ਆਪਣੇ ਘਰੇਲੂ ਯੂਜ਼ ਲਈ ਲਾਇਆ ਹੋਇਆ ਜੀ ਇਹ, ਲਾਰਜ ਸਕੇਲ 'ਤੇ ਅਸੀਂ ਹੁਣ ਅੱਗੇ ਲਾ ਰਹੇ ਹਾਂ ਬੂਟੇ। ਹੁਣ ਸਮੱਸਿਆ ਕੀ ਆਉਂਦੀ ਹੈ ਕਿ ਜਦੋਂ ਅਸੀਂ ਇੱਧਰ ਬੈਂਗਣ ਲੱਗਾ ਜੀ, ਬੈਂਗਣ ਨੂੰ ਅਸੀਂ ਪਾਣੀ ਲਗਾਉਣਾ ਹੁੰਦਾ ਤਾਂ ਸਾਨੂੰ ਪਾਣੀ ਇਸ ਖਾਲ ਥਾਣੀ ਲੰਘਾਉਣਾ ਪੈਂਦਾ, ਜਾਂ ਇੱਧਰ ਬੈਂਗਣ ਇੱਧਰ ਵੀ ਆ, ਤਾਂ ਇਹ ਪਾਣੀ ਚੁੱਕ ਲੈਂਦਾ ਹੈ ਜੀ। ਜਦੋਂ ਇਹ ਪਾਣੀ ਚੁੱਕ ਲੈਂਦਾ ਹੈ ਤਾਂ ਇਹਦਾ ਫਲ ਹੈ ਜਿਹੜਾ ਉਹ ਡਿੱਗਣਾ ਸ਼ੁਰੂ ਹੋ ਜਾਂਦਾ। ਤੁਸੀਂ ਦੇਖ ਲਓ ਉਹ ਛੋਟਾ ਜਿਹਾ ਇੱਕ ਫਲ ਹੈ ਜਿਹੜਾ ਉਹ ਡਿੱਗਾ ਵੀ ਹੋਇਆ। ਹੁਣ ਇੱਥੇ ਇਹਦੀ ਇਹੀ ਸਮੱਸਿਆ ਹੈ ਕਿ ਜਦੋਂ ਵੀ ਬੂਟਾ ਜਿਹੜਾ ਫਰੂਟ ਸਟੇਜ 'ਤੇ ਆ ਜੀ, ਫਲਾਵਰਿੰਗ ਸਟੇਜ 'ਤੇ ਆ, ਇਹਨੂੰ ਜੜ ਦੇ ਵਿੱਚੋਂ ਆਪਾਂ ਪਾਣੀ ਨਹੀਂ ਦੇਣਾ। ਲਗਭਗ ਕੋਈ ਵੀ ਬੂਟਾ ਲਾ ਲਓ ਤੁਸੀਂ, ਜਦੋਂ ਆਪਾਂ ਜੜ੍ਹਾਂ ਤੋਂ ਥੱਲੇ ਪਾਣੀ ਦਿੰਦੇ ਹਾਂ ਇਹਨੂੰ, ਤਾਂ ਇਹ 'ਚ ਪਾਣੀ ਦੀ ਮਾਤਰਾ ਜਿਹੜੀ ਬੂਟੇ ਦੇ ਅੰਦਰ ਵੱਧ ਜਾਂਦੀ ਹੈ, ਤਾਂ ਫੁੱਲ ਹੈ ਜਿਹੜਾ ਸਾਡਾ ਜਾਂ ਫਲ ਹੈ ਜਿਹੜਾ ਉਹ ਸਾਡਾ ਡਿੱਗ ਪੈਂਦਾ। ਬਟ ਇਹਨੂੰ ਪਾਣੀ ਦੇਣਾ ਵੀ ਹੈ, ਪਾਣੀ ਦੇਣਾ ਕਿਵੇਂ ਆ, ਪਾਣੀ ਪੱਤਿਆਂ ਦੇ ਉੱਪਰ ਦੇਣਾ ਜੀ, ਸਪਰੇਅ ਦੇ ਰੂਪ 'ਚ ਇਹਨੂੰ ਪਾਣੀ ਦੇਣਾ, ਜਿਸ 'ਚ ਆਪਾਂ ਕਹਿ ਸਕਦੇ ਵੀ ਹਿਊਮਿਡਿਟੀ ਜਿਹੜਾ ਮੋਇਸਚਰ ਹੈ ਉਹ ਮੇਨਟੇਨ ਕਰਨਾ। ਇਹ ਲਾਰਜ ਸਕੇਲ 'ਤੇ ਇਹ ਤਕਨੀਕਾਂ ਬਹੁਤ ਜ਼ਿਆਦਾ ਕਾਮਯਾਬ ਨੇ ਕਿ ਜ਼ਮੀਨ ਤੋਂ ਥੱਲੇ ਪੂਰਾ ਮਲਚ ਕੀਤਾ ਹੁੰਦਾ ਜੀ। ਮੈਂ ਤਾਂ ਪੂਰੀ ਪ੍ਰੋਪਰ ਵੀਡੀਓ ਬਣਾਊਂਗਾ, ਕਿਉਂਕਿ ਮੈਂ ਬੂਟੇ ਮੰਗਵਾਏ ਨੇ ਜੀ ਕਿਤੋਂ ਬਾਹਰੋਂ। ਜਦੋਂ ਮੈਂ ਲਾਊਂਗਾ ਮੈਂ ਕੋਸ਼ਿਸ਼ ਕਰੂੰਗਾ ਕਿ ਪੂਰੀ ਡਿਟੇਲ ਜਾਣਕਾਰੀ ਦੇ ਸਕਾਂ ਕਿ ਕਿਹੜੇ ਤਰੀਕੇ ਨਾਲ ਆਪਾਂ ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਸਕਦੇ। ਵੇਖੋ ਖੇਤੀ 'ਚ ਸਿਰਫ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਜੇ ਕੋਈ ਕਹੇ ਮੈਂ ਤੁਹਾਨੂੰ 100% ਰਿਜ਼ਲਟ ਦਵਾ ਦੂੰਗਾ ਤਾਂ ਉਸ ਬੰਦੇ ਨੇ ਬਿਲਕੁਲ ਯਕੀਨ ਨਾ ਕਰੋ, ਚਾਹੇ ਮੈਂ ਵੀ ਹੋਵਾਂ 100% ਰਿਜ਼ਲਟ ਜਿਹੜਾ ਖੇਤੀ 'ਚ ਕਦੀ ਨਹੀਂ ਹੈਗਾ। ਇਹ ਗੱਲ ਤੁਸੀਂ ਮੇਰੀ ਪਹਿਲੀ ਕਲੀਅਰ ਕੱਟ ਸਮਝ ਲਓ ਕਿ ਇਹ ਤਾਂ ਆਪਾਂ ਹੁਣ ਫੋਕੇ ਪਾਣੀ ਦੀਆਂ ਸਪਰੇਆਂ ਕਰਨੀਆਂ ਜੀ। ਇਸ ਸਟੇਜ 'ਤੇ ਜਦੋਂ ਫੁੱਲ ਆਉਣ ਤਾਂ ਫੋਕੇ ਪਾਣੀ ਦੀਆਂ ਸਪਰੇਆਂ ਕਰੋ, ਇੱਕ ਟਾਈਮ ਇੱਕ ਵਾਰ ਕਰ ਦਿਓ, 2 ਵਾਰ ਕਰ ਦਿਓ, ਜ਼ਮੀਨ ਦੇ ਵਿੱਚ ਥੱਲੇ ਪਾਣੀ ਜਿਹੜਾ ਉਹ ਆਪਾਂ ਨਹੀਂ ਦੇਣਾ। ਨੰਬਰ 2, ਕਿਸੇ ਵੇਲੇ ਪੋਟਾਸ਼ੀਅਮ ਦੀ ਘਾਟ ਕਾਰਨ ਜਿਹੜਾ ਫੁੱਲ ਉਹ ਡਿੱਗ ਸਕਦਾ, ਤਾਂ ਤੁਸੀਂ ਪੋਟਾਸ਼ੀਅਮ ਨਾਈਟ੍ਰੇਟ ਜਿਹੜਾ 13-0-45 ਕਹਿ ਦਿੰਦੇ ਹਾਂ, ਜਾਂ 13-0-45 ਕਰੋ ਤਾਂ ਵੈਸੇ ਬੈਸਟ ਹੈ ਜੀ, 13-0-45 ਜਾਂ 12-5-27 ਆਉਂਦਾ ਜੀ ICL ਦਾ ਇੱਕ, ਉਹ 'ਚ ਨਾਲ ਕੈਲਸ਼ੀਅਮ ਵੀ ਮਿਲ ਜਾਂਦਾ, ਤਾਂ ਉਹਦੀ ਸਪਰੇਅ ਕਰ ਦਿਉ। ਅਤੇ ਤੀਜਾ ਕਾਰਨ ਹੋ ਸਕਦਾ ਹੈ ਕਿ ਫੰਗਸ, ਵੈਸੇ ਫੰਗਸ ਦੇ ਨਾਲ ਫੁੱਲ ਨਹੀਂ ਡਿੱਗਦਾ, ਫੰਗਸ ਦੇ ਨਾਲ ਸਾਡਾ ਫਲ ਡਿੱਗ ਸਕਦਾ, ਜੋ ਥੋੜ੍ਹਾ ਜਿਹਾ ਵੱਡਾ ਫਲ ਹੋ ਜਾਵੇ ਉਹਨੂੰ ਉੱਲੀ ਲੱਗ ਜਾਂਦੀ ਹੈ ਤਾਂ ਉਹ ਡਿੱਗ ਸਕਦਾ। ਤਾਂ ਉਸ ਟਾਈਮ 'ਤੇ ਤੁਸੀਂ ਕੋਈ ਵੀ ਫੰਗੀਸਾਈਡ ਜਿਹੜਾ, ਜੇ ਤਾਂ ਤੁਹਾਡੇ ਕੋਲ ਤੁਸੀਂ ਖੇਤੀ ਕਰਦੇ ਹੋ ਤਾਂ ਜਿਹੜਾ ਵੀ ਪਿਆ ਜੀ ਨੋਰਮਲ ਹਲਕੀ ਜਿਹੀ ਮਾਤਰਾ 'ਚੋਂ ਕਰ ਦਿਉ, ਤਾਂ ਜੇ ਤੁਸੀਂ ਬਾਜ਼ਾਰ 'ਚੋਂ ਖਰੀਦਣਾ ਤਾਂ ਫਿਰ ਕੋਪਰ ਆਕਸੀ ਕਲੋਰਾਈਡ ਜਿਹੜਾ ਉਹ ਖਰੀਦ ਲਓ, 2 ਗ੍ਰਾਮ 1 ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰ ਦਿਉ। ਤਾਂ ਜੇ ਉੱਲੀ ਦੇ ਕਾਰਨ, ਫੰਗਸ ਦੇ ਕਾਰਨ ਤੁਹਾਡਾ ਫਲ ਡਿੱਗਦਾ ਤਾਂ ਉਨਾ ਹੀ ਡਿੱਗੂਗਾ। 3 ਮੁੱਖ ਕਾਰਨ ਨੇ, ਬਾਕੀ ਮੈਂ ਇੱਕ ਡਿਟੇਲ ਵੀਡੀਓ ਕੁਝ ਦਿਨ ਪਹਿਲਾਂ ਬਣਾਈ ਸੀ, 10-12 ਕਾਰਨ ਹੋਰ ਨੇ, ਉਹ ਸਾਰੇ ਸਮਝਾਏ ਸੀ, ਉਹ ਤੁਸੀਂ ਦੇਖ ਲਓ। ਰਿਕਵਰੀ ਕਿਵੇਂ ਕਰਾਉਣੀ ਆ ਇਹ ਵੀ ਦੱਸਿਆ ਸੀ। ਜੇ ਤਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।